इस घर नूं वेख के शायद किसी वड्डे गैंगस्टर का भी दिल हिल जाए। एक घर जिथे ना तो कोई कंध है, ना तो कोई कमरा, ना ही कोई रसोई, पर घर घर है। अत दियां पोह दियां ठंडियां रातां विच तंबू बना के बैठा है परिवार की हालत तुसी आप ही वेख सकते हो कि इट्टां खड़ियां करके इन्होंने तंबू के लागे एक कंध जी बनाई हुई है ते घर विच रह रहे ने। इस घर विच ना बिजली है, ना पानी है, पर कहण नूं एक घर है। तरन तारण दे एक बेहद गरीब परिवार की दास्तां असीं तुहानूं अज विखाउण जा रहे हां कि यह परिवार इन्नी गुरबत भरी जिंदगी विच जी रहा है कि इस घर की अपनी कंध भी नहीं हैगी। लोग परिवार की यह हालत वेखते ने, वह भी पूरी तरह हिल जाते हैं कि यह परिवार किवें अपनी जिंदगी जी रहा है। रसोई के ना ते बस एक चुल्हा है, होर कुछ नहीं, कोठा नहीं है। वेखो ये माता जिहड़ी आ विचारी बहुत ही सधारण आ, इहनूं इह भी नहीं पता भी साडा कमरा नहीं हैगा जां अहीं कित्थे रहना है ते किस तरह फिर गुजारा चलदा तुहाडा। माड़ा ही है गुजारा। ते की मांग करदे दानी सज्जना तों? बाग दा कोई नहीं, बागा होवे कमरा हैगा ही नहीं। किस तरह फिर गुजारा चलदा तंबू च? तंबू च की करदा, जिले पे जांदे। ਕਿੰਨਾ ਚਿਰ ਹੋ ਗਿਆ ਜਿਹੜਾ ਇੱਦਾਂ ਹੀ ਤੁਸੀਂ ਰਹਿ ਰਹੇ ਹੋ ਬਿਨਾਂ ਕੰਮ ਕਰੇ? ਪਰਿਵਾਰ ਦੇ ਵਿੱਚ ਕਿੰਨੇ ਮੈਂਬਰ ਰਹਿੰਦੇ ਹੋ? ਕਿੰਨੇ ਮੈਂਬਰ ਰਹਿੰਦੇ ਹੋ? ਮੇਰੀ ਗੁੱਡੀ ਆ 3.5 ਲੱਖ। ਮੇਰੀ ਹਰ ਜਿਹੜੇ ਆ ਦਾਨੀ ਸੱਜਣ ਨੂੰ ਇਹ ਅਪੀਲ ਆ ਕਿ ਇਸ ਪਰਿਵਾਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ, ਮਦਦ ਪਰਿਵਾਰ ਦੇ ਕੋਲ ਪਹੁੰਚ ਕੇ ਕੀਤੀ ਜਾਵੇ, ਕਿਉਂਕਿ ਪਰਿਵਾਰ ਜਿਹੜਾ ਬਹੁਤ ਹੀ ਸਧਾਰਨ ਆ। ਤੁਸੀਂ ਵੇਖ ਸਕਦੇ ਹੋ ਬਜ਼ੁਰਗ ਦੀਆਂ ਅੱਖਾਂ ਦੇ ਵਿੱਚੋਂ ਜਿਹੜਾ ਹੈ ਉਹ ਸਾਫ਼ ਹੰਝੂ ਅੱਖਾਂ ਦੇ ਵਿੱਚੋਂ ਆ ਰਹੇ ਆ, ਕਿਉਂਕਿ ਇੰਨਾ ਜ਼ਿਆਦਾ ਜਿਹੜਾ ਗਰੀਬੀ ਦਾ ਮਾਰਿਆ ਹੋਇਆ ਪਰਿਵਾਰ ਆ ਅਤੇ ਤੁਸੀਂ ਆਪ ਅੰਦਾਜ਼ਾ ਇੱਥੇ ਲਾ ਸਕਦੇ ਹੋ ਕਿ ਜਿਹੜਾ ਉਹ ਕਿਸ ਤਰ੍ਹਾਂ ਜਿਹੜੀ ਆਪਣੀ ਆ ਜੂਨ ਭੁਗਤ ਰਿਹਾ ਹੋਏਗਾ। ਸੋ ਦਾਨੀ ਸੱਜਣ ਇਸ ਪਰਿਵਾਰ ਦੀ ਜਿਹੜੀ ਆ ਜ਼ਰੂਰ ਮਦਦ ਕਰਨ, ਕਸਬਾ ਸੁਰ ਸਿੰਘ ਦੇ ਵਿੱਚ ਪਹੁੰਚ ਕੇ, ਜ਼ਿਲ੍ਹਾ ਤਰਨ ਤਾਰਨ ਦੇ ਵਿੱਚ ਪਹੁੰਚ ਕੇ, ਅਤੇ ਇੱਥੇ ਤੁਸੀਂ ਵੇਖ ਸਕਦੇ ਹੋ ਕਿ ਗਰੀਬੀ ਨਾਲ ਜਿਹੜਾ ਇਹ ਪਰਿਵਾਰ ਜੀ ਸਾਡੇ ਬਚਪਨ ਤੋਂ ਹੀ ਰਹਿੰਦੇ ਆਏ ਇੱਥੇ। ਇਹ ਮੇਰਾ ਵੀਰ ਡਾਕਟਰ ਮਾਣਾਪਤੀ ਇੱਥੇ ਵੀ ਰਹਿ ਰਿਹਾ, ਇਹਨਾਂ ਦਾ ਗੁਆਂਢੀ ਇਹਨਾਂ ਦਾ। ਅਤੇ ਮੈਂ ਇੱਕ ਦਿਨ ਇਹਨਾਂ ਨੂੰ ਵੇਖਿਆ ਸੀ, ਆਪਣਾ ਕਮਰੇ ਲੱਗਾ, ਮੇਰਾ ਕੰਮ ਰਾਜਗੀਰੀ ਦਾ ਜੀ। ਅਤੇ ਇਹ ਨਾ ਵਿਚਾਰੇ ਮੁੰਜਰਾ ਚੁਗੰਡਾ ਦੋਵੇਂ ਜੀ। ਮੈਂ ਇਹਨਾਂ ਨੂੰ ਕਿਹਾ ਵੀ ਤੁਸੀਂ ਇੱਥੇ ਮੁੰਜਰਾ ਚੁਗੰਡਾ, ਇੱਥੇ ਮੁੰਜਰਾਂ ਹੈ ਨਹੀਂ ਗੀਆਂ। ਇਹ ਵਿਚਾਰਾ ਕਹਿੰਦਾ ਵੀ ਮੈਂ ਮੁੰਜਰਾ ਚੁੱਕ ਕੇ ਗੁਜ਼ਾਰਾ ਕਰਦਾ ਵਾਂ, ਮੇਰਾ ਕੋਈ ਸਾਧਨ ਨਹੀਂ ਹੈਗਾ ਕਮਾਈ ਦਾ ਕੋਈ ਹੋਰ ਕੋਈ। ਅਤੇ ਇਹ ਨਾ ਮੁੰਜਰਾ ਚੁੱਕ ਜਦੋਂ ਜਿਹੜਾ ਮੈਂ ਕਿੰਨੀ ਕਮਾਈ ਕਰ ਲੈਣਾ ਆਪਾਂ ਮੁੰਜਰ ਚੁੱਕ ਕੇ। ਇਹ ਕਹਿੰਦਾ ਵੀ ਮੈਂ 40 ਰੁਪਈਏ ਬਣਾਏ ਆ ਮੁੰਜਰਾ ਚੁੱਕ ਕੇ, ਜਿਨ ਚੋਂ 20 ਦਾ ਆਟਾ ਆ ਗਿਆ ਅਤੇ 20 ਰੁਪਈਆਂ ਦਾ ਦਹਾਂ ਦੁੱਧ ਆ ਗਿਆ, 10 ਰੁਪਈਏ ਮੇਰੇ ਇੱਦਾਂ ਵਰਤੇ ਗਏ ਸਬਜ਼ੀ ਪਾਣੀ 'ਚ। ਤੁਹਾਨੂੰ ਪਤਾ 40 ਰੁਪਈਆਂ ਗੁਜ਼ਾਰਾ ਨਹੀਂ ਹੁੰਦਾ ਜੀ। ਹੁਣ ਮੁਸ਼ਕਲ ਕੀ ਪਰਿਵਾਰ ਦੀ? ਮੁਸ਼ਕਲ ਪਰਿਵਾਰ ਨੂੰ ਇਹੋ ਹੀ ਆ ਜੀ, ਨਾ ਤਾਂ ਵਿਚਾਰੇ ਦੀ ਪੈਸਾ ਲੱਗੀ ਜੇ ਕੋਈ ਇਹਦੀ ਜੀ, ਅਤੇ ਨਾ ਵੀ ਘਰ ਕਮਰਾ ਹੀ ਹੈਗਾ ਕੋਈ ਜੀ। ਤਰਪਾਲ ਪਈ ਜੇ, ਤੁਸੀਂ ਜਾ ਕੇ ਵੇਖ ਸਕਦੇ ਜੇ ਸਾਰੇ, ਅਤੇ ਤਰਪਾਲ ਦੇ ਵਿੱਚ ਰਹਿਣ ਡਿਆ ਜੇ, ਇੰਨੀ ਠੰਡ ਹੋਣ ਦੇ ਬਾਵਜੂਦ ਵੀ ਵਿਚਾਰੇ ਤਰਪਾਲ 'ਚ ਗੁਜ਼ਾਰਾ ਕਰਨ ਡਿਆ ਜੀ। ਲਾਈਟ ਦਾ ਪ੍ਰਬੰਧ ਹੈਗਾ? ਨਹੀਂ ਹੈਗਾ ਜੀ, ਪਾਣੀ ਦਾ ਪ੍ਰਬੰਧ ਵੀ ਨਹੀਂ ਹੈਗਾ ਜੀ। ਇੱਦਾਂ ਲੱਗ ਬੰਨੇ ਚਿਹਰੇ ਜਾ ਕੇ ਅਤੇ ਲਿਆਉਂਦੇ ਆ ਪਾਣੀ ਜੀ। ਤੁਹਾਡੇ ਗੁਆਂਢੀ ਹੈ? ਹਾਂਜੀ, ਗੁਆਂਢੀ ਆਪਣੇ ਵੀਰ ਦੇ ਗੁਆਂਢੀ ਡਾਕਟਰ ਸਾਹਿਬ ਦੇ। ਮੇਰਾ ਪਿੰਡ ਪੱਤੀ ਨੰਗਲ ਕੀ ਆ ਜੀ, ਇਹ ਮਾਣਾਪਤੀ ਰਹਿਣ ਦਿਆ ਜੀ। ਤੁਹਾਡੇ ਪਿੰਡ ਦੇ? ਸਾਡੇ ਪਿੰਡ ਦੇ ਸੁਰ ਸਿੰਘ ਦੇ ਜੀ। ਕੀ ਮੰਗ ਕਰਦੇ ਦਾਨੀ ਸੱਜਣਾ? ਮੰਗ ਜੀ ਇਹੋ ਕਰ ਦਾਨੀ ਸੱਜਣਾ ਤੋਂ, ਜਿੱਦਾਂ ਮੰਨ ਲਓ NRI ਵੀਰ ਆ ਜਾਂ ਕੋਈ ਸਰਕਾਰ ਮਦਦ ਕਰੇ ਇਹਨਾਂ ਦੀ, ਵੀ ਇਹਨਾਂ ਦਾ ਕਮਰਾ ਬਣਾ ਦਿੱਤਾ ਜਾਵੇ। ਇਹਨਾਂ ਦੀ ਪਰਸਨ ਪੁਰਸਨ ਜਿਹੜੀ ਲੱਗੀ ਆ ਲੱਗੇ ਜਿਹੜੀ ਨਹੀਂ ਲੱਗੀ ਅਜੇ ਤੱਕ। ਅਤੇ ਰਾਸ਼ਨ ਪਾਣੀ ਦਾ ਕੀ? ਰਾਸ਼ਨ ਪਾਣੀ ਤਾਂ ਇੱਦਾਂ ਹੀ ਜਰਾ ਕਰਦਾ, ਟਾਈਮ ਪਾਸ ਹੀ ਮਾੜਾ ਮੋੜ ਕੇ, ਜੇ ਖਾਲੀ ਤਾਂ ਖਾਲੀ, ਨਹੀਂ ਤਾਂ ਚਲੋ ਜੀ, ਜੇ ਕੋਈ ਦੇ ਗਿਆ ਲਾਗੇ ਬੰਨੇ ਵਾਲਾ ਠੀਕ ਆ, ਨਹੀਂ ਤਾਂ ਚੜ੍ਹਦੀ ਗਲੀ ਵਿਚਾਰੇ ਇੱਦਾਂ ਹੀ ਗੁਜ਼ਾਰਾ ਹੀ ਕਰਦੇ, ਪਾਣੀ ਤਾਂ ਨਹੀਂ ਪੀ ਗਈ। ਅਤੇ ਗੁਆਂਢੀ ਆ ਜੀ, ਅਤੇ ਅਸੀਂ ਰੋਜ਼ ਇੱਥੇ ਰਹਿੰਦੇ ਹਾਂ, ਇਹਨਾਂ ਦਾ ਬੜਾ ਮੁਸ਼ਕਲ ਗੁਜ਼ਾਰਾ ਹੁੰਦਾ, ਅਤੇ ਕੋਠਾ ਵੀ ਨਹੀਂ ਹੈਗਾ ਇਹਨਾਂ ਦਾ, ਕੋਈ ਸਿਲੰਡਰ ਨਹੀਂ ਹੈਗਾ, ਅਤੇ ਬਹੁਤ ਸੁਧਾਰ ਪਰਿਵਾਰ ਆ, ਆਪ ਹੀ ਸੁਧਾਰ ਤੁਸੀਂ ਵੇਖ ਹੀ ਲਿਆ, ਹੁਣ ਕੋਈ ਬੋਲਣ ਦਾ ਵੀ ਪੱਤਰ ਨਹੀਂ ਆਉਂਦਿਆ। ਅਤੇ ਅਸੀਂ ਇਹੋ ਸੱਜਣਾ ਗਾੜੀ ਦਾਨੀ ਸੱਜਣਾ ਗਾੜੀ ਅਪੀਲ ਕਰਦੇ ਹਾਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ। ਅਤੇ ਪਰਿਵਾਰ ਦਾ ਕੰਮ ਕਾਰ ਕੀ ਹੈ? ਕੰਮ ਇਹ ਤਾਂ ਪਹਿਲਾਂ ਬਾਗ 'ਚ ਕਿਸੇ ਦੀ ਰਾਖੀ ਰਹਿੰਦੇ ਹੁੰਦੇ ਸੀ, ਅਤੇ ਹੁਣ ਇੱਥੇ ਪਿੰਡ ਸੁਰ ਸਿੰਘ ਦੇ ਵਸਨੀਕ ਦੇ ਇੱਥੇ ਆ ਗਏ 6-7 ਮਹੀਨਿਆਂ ਤੋਂ। ਅਤੇ ਹੁਣ ਇਹ ਇੱਥੇ ਹੀ ਸੌਂਦੇ ਪੈਂਦੇ ਆ? ਇੱਥੇ ਸੌਂਦੇ ਜੀ। ਠੰਡ ਕਿੰਨੀ ਹੈ ਅਤੇ ਕਿਸ ਤਰ੍ਹਾਂ? ਠੰਡ ਦੇ ਵਿੱਚ ਇੱਥੇ ਹੀ ਸੌਂਦੇ ਅੰਦਰ ਹੀ। ਕੀ ਮੰਗ ਕਰਦੇ ਹੋ ਪਰਿਵਾਰ? ਇਹੋ ਮੰਗ ਕਰਦੇ ਦਾਨੀ ਸੱਜਣਾ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਵੱਧ ਤੋਂ ਵੱਧ।